ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਨ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬ ਸੂਬੇ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਵਾਲੀ ਵੀਡੀਓ ਇਸਲੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤਾਂ ਜੋ ਤੁਹਾਡੇ ਕੋਲੋਂ ਮੌਸਮ ਸੰਬੰਧੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੇ ਨਾਲ ਹੀ ਸਾਰੇ ਸਰੋਤਿਆਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਇਨ ਨਾਲ ਹੀ ਅਸ ਦੇ ਸਾਰੇ ਸਰੋਤਿਆਂ ਨੂੰ ਪੁੱਛਣਾ ਚਾਹਾਂਗੇ ਜੇ ਤੁਹਾਡੇ ਇਲਾਕੇ ਕੀ ਇਸ ਸਮੇਂ ਆਤਰੀ ਗਰਮੀ ਪੈ ਰਹੀ ਹੈ ਤਾਂ ਕਮੈਂਟ ਵਿੱਚ ਜੈਸ ਜ਼ਰੂਰ ਲਿਖਣਾ ਤੇ ਨਾਲ ਹੀ ਅਸ ਦੇ ਸ਼ੁਰੂਆਤ ਕਰਦੇ ਮੌਸਮ ਦੀ ਤਾ ਜਾਣਕਾਰੀ ਦੀ ਪਿਛਲੇ ਦੋ ਦਿਨ ਤੋਂ ਕੰਮ ਕਰ ਜਾ ਕਰਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੋ ਅੱਗੇ ਦੀ ਮੌਸਮ ਦੀ ਗੱਲ ਕਰੀਏ ਤਾਂ ਨਰਮਾ ਪੱਟੀ ਦੇ ਨਾਲ ਨਾਲ ਸੰਪੂਰਨ ਸੂਬੇ ਨੂੰ ਬੇਮੌਸਮੀ بارش ਤੋਂ ਵੱਡੀ ਰਾਤ ਮਿਲੇਗੀ ਤੇ ਸਿੱਟੇ ਵੱਜੋਂ ਮੌਸਮ ਕੁਸਾਨੀ ਪੱਕੀ ਰਹੇਗੀ ਤੇ ਪੱਛੋ ਦੀ ਸ਼ੁਰੂਆਤ ਸਦਕਾ ਲਗਭਗ 23 ਸਤੰਬਰ ਤੱਕ ਮੌਸਮ ਖੁਸ਼ਕ ਤੇ ਦੁਪਹਿਰ ਵੇਲੇ ਤਪਸ ਵਾਲਾ ਬਣੇ ਰਹੇਗਾ ਇਸ ਉਦਰਾਣ ਇੱਕਾ ਦੁੱਖ ਕਮਜ਼ੋਰ ਪਛਮੀ ਸਿਸਟਮ ਜਰੂਰ ਆ ਸਕਦੇ ਹਨ ਜੱਸ ਸਦਕਾ ਛੱਟਪਟ ਮਾਮਲੀ ਹਲਚਲ ਹੋ ਸਕਦੀ ਹੈ ਪਰ ਏਡਬਲਯੂਡੀ ਜ਼ਿਆਦਾਤਰ ਪਹਾੜੀ ਖੇਤਰਾਂ ਤੱਕ ਸੀਮਤ ਰਹਿਣਗੇ ਜੇਕਰ ਬੈਚਸ ਕੋਈ ਤਬਦੀਲੀ ਆਉਂਦੀ ਹੈ ਤਾਂ ਦੱਸਿਆ ਜਾਵੇਗਾ ਬਾਕੀ ਕੁਝ ਮੌਸਮ ਦਰਾਂ ਵੀ ਅਸੀਂ ਕਿਸਾਨ ਦੀ ਸਹਾਇਤਾ ਸਦਕਾ 2-2 ਦਿਨ ਛੱਡ ਕੇ 2-2 ਦਿਨਾਂ ਦੇ ਇੰਤਕਾਲ ਤੇ ਜਾਣਕਾਰੀ ਸਾਂਝੇ ਕਰਦੇ ਰਹਾਂਗੇ ਇਹ ਤੇ ਇਹ ਸੀ ਆਪਣੇ ਅੱਜ ਦੇ ਮੌਸਮ ਦੀਤਾ ਜਾਣਕਾਰੀ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਬਿੱਲੀ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਨਾ ਤਾਂ ਜੋ ਉਹਨਾਂ ਨੂੰ ਮੌਸਮ ਦੀ ਤਾਜ਼ਾ ਜਾਣਕਾਰੀ ਬਾਰੇ ਪਤਾ ਚੱਲ ਸਕੇ ਤੇ ਨਾਲ ਹੀ ਆਪਣੇ ਸ਼ਹਿਰ ਦੇ ਆਪਣੇ ਪਿੰਡ ਦੇ ਮੌਸਮ ਬਾਰੇ ਸੰਕਮੈਂਟ ਵਿੱਚ ਜਰੂਰ ਦੱਸਣਾ ਧੰਨਵਾਦੀ